ਹਿਰਦੇ ਦੀਆਂ ਗਹਿਰਾਈਆਂ ਤੋਂ ਸਤਿਗੁਰੂ ਜੀ ਦੇ ਨਾਮ ਦਾ ਉਚਾਰਨ ਕਰੀਏ ਸਭ ਆਖੋ ਧੰਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੋ ਤਾਕਤਾਂ ਸੰਸਾਰ ਤੇ ਰਾਜ ਕਰਦੀਆਂ ਨੇ ਇੱਕ ਹੈ ਧਰਮ ਨੀਤੀ ਇੱਕ ਹੈ ਰਾਜ ਨੀਤੀ ਰਾਜ ਨੀਤੀ ਦਾ ਦ੍ਰਿਸ਼ਟੀਕੋਣ ਕਿਸੇ ਦੂਸਰੇ ਦਾ ਮੁਲਾਂਕਣ ਕਰਨਾ ਹੁੰਦਾ ਉਹ ਕਿਸੇ ਦੂਸਰੇ ਦੇ ਔਗਣਾ ਨੂੰ ਲੱਭ ਕੇ ਉਹਦਾ ਭੰਡੀ ਪ੍ਰਚਾਰ ਕਰਕੇ ਉਸ ਨੂੰ ਨੀਵਾ ਵਿਖਾਉਣ ਦਾ ਯਤਨ ਕਰਦੇ ਨੇ ਇਸ ਦੇ 22 ਵਰਸਾ ਧਰਮ ਨੀਤੀ ਦੇ ਵਿੱਚ ਜੋ ਪਹਿਲਾ ਸਿਧਾਂਤ ਹੈ ਸਾਡੇ ਗੁਰੂ ਸਾਹਿਬਾਨਾਂ ਦਾ ਉਹ ਇਹ ਹੈ ਰੋਸ ਨਾ ਕਾਹੂ ਸੰਗ ਕਰੋ ਆਪਨ ਆਪ ਵਿਚਾਰ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਮੈਂ ਕੀ ਕਰਨੇ ਆਇਆ ਮੈਂ ਕਰ ਕੀ ਰਿਹਾ ਮੈਂ ਕਰਨਾ ਕੀ ਹੈ ਆਪਣੇ ਆਪ ਨੂੰ ਸੁਧਾਰਨਾ ਹੈ ਇੱਥੇ ਕਿਸੇ ਦੂਸਰੇ ਵੱਲ ਉਂਗਲ ਕਰਨ ਦਾ ਯਤਨ ਸਾਡੇ ਗੁਰੂ ਸਾਹਿਬਾਨਾਂ ਨੇ ਨਹੀਂ ਕੀਤਾ ਧਰਮ ਨੀਤੀ ਆਪਣੇ ਆਪ ਨੂੰ ਸੁਧਾਰਨ ਦਾ ਨਾਮ ਹੈ ਨਿਜ ਨੂੰ ਸਵਾਰਨ ਦਾ ਨਾਮ ਹੈ ਆਪਣੇ ਕਿਰਦਾਰ ਨੂੰ ਉੱਚਿਆਂ ਚੁੱਕਣ ਦੀ ਗੱਲ ਹੈ ਰਾਜਨੀਤੀ ਦੂਸਰੇ ਨੂੰ ਸੁਧਾਰਨਾ ਚਾਹਦੀ ਹੈ ਇਸੇ ਕਰਕੇ ਸੰਸਾਰ ਦਾ ਸੁਧਾਰ ਨਹੀਂ ਕਦੇ ਉਹ ਕਰ ਸਕੀ ਔਰ ਸੱਚ ਜਾਣਿਓ ਜੇ ਅਸੀਂ ਕਿਤੇ ਧਰਮ ਨੀਤੀ ਦੇ ਇਸ ਇੱਕ ਸੂਤਰ ਨੂੰ ਸਮਝ ਲਈਏ ਅਸੀਂ ਸੁਧਾਰ ਆਪਣਾ ਕਰਨਾ ਹੈ ਜੇ ਸਾਰੇ ਜਾਣੇ ਅਸੀਂ ਆਪਣਾ ਆਪਣਾ ਸੁਧਾਰ ਕਰ ਲਵਾਂਗੇ ਤੇ ਸਾਰਾ ਸੰਸਾਰ ਹੀ ਸੁਧਰ ਜਾਵੇਗਾ ਤਾਂ ਮੈਂ ਤੁਹਾਡੇ ਸਾਹਮਣੇ ਅੱਜ ਇੱਕ ਸਿਧਾਂਤ ਰੱਖਣ ਲੱਗਾ ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਧਰਮ ਨੀਤੀ ਦੇ ਉੱਤੇ ਚੱਲਣ ਵਾਲਿਆਂ ਨੂੰ ਧਰਮੀਆਂ ਨੂੰ ਗਿਆਨਉਪਦੇਸ਼ ਕਰਦੇ ਆਂ ਕਹਿੰਦੇ ਨੇ ਪਹਿਲਾ ਸਿਧਾਂਤ ਆਪਣੇ ਮਨ ਵਿੱਚ ਵਸਾਓ ਉਹ ਕਿਆ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਆਪਣੇ ਐਕਸ਼ਨ ਦੇ ਵਿੱਚੋਂ ਬੁਰਾਈ ਕਢਣੀ ਬਹੁਤ ਸੌਖੀ ਹੈ ਐਕਸ਼ਨ ਤੋਂ ਭਾਵ ਹੈ ਜਦੋਂ ਅਸੀਂ ਹੱਥਾਂ ਪੈਰਾਂ ਨਾਲ ਕੋਈ ਕਰਮ ਕਰਦੇ ਆ ਉਹਨੂੰ ਐਕਸ਼ਨ ਆਖ ਲੈਣੇ ਆ ਹੱਥਾਂ ਪੈਰਾਂ ਰਾਹੀਂ ਤੇ ਅਸੀਂ ਬੁਰਾਈ ਰੋਕ ਸਕਨੇ ਆ ਸੌਖਾ ਜ਼ੁਬਾਨ ਰਾਹੀਂ ਕਿਸੇ ਨੂੰ ਭੈੜਾ ਨਾ ਬੋਲੀਏ ਰੁਕ ਸਕਦਾ ਹੈ ਸੌਖਾ ਪਰ ਚਿੱਤ ਦੇ ਵਿੱਚੋਂ ਬੁਰਾਈ ਕੱਢ ਦੇਣੀ ਬਹੁਤ ਔਖੀ ਹੈ ਇਹ ਸਾਰਿਆਂ ਤੋਂ ਔਖਾ ਕੰਮ ਹੈ ਇਹ ਕੱਢਣ ਵਾਸਤੇ ਸਾਨੂੰ ਹੁਕਮ ਹੋਇਆ ਸਵਾਲ ਹੋਇਆ ਜੀ ਜੇ ਕੋਈ ਬੁਰਾਈ ਕੱਢ ਦਵੇ ਕੀ ਲਾਭ ਹੋਵੇਗਾ ਗੁਰੂ ਅਰਜਨ ਦੇਵ ਪਾਤਸ਼ਾਹ ਫੁਰਮਾਨ ਕਰਦੇ ਨੇ ਪਰ ਕਾ ਬੁਰਾ ਨ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਜੇ ਸੱਚਮੁੱਚ ਹੀ ਅਸੀਂ ਸਾਰੇ ਆਪੋ ਆਪਣੇ ਆ ਚਿੱਤਾਂ ਦੇ ਅੰਦਰੋਂ ਮਨਾਂ ਅੰਦਰੋਂ ਬੁਰਾਈ ਕੱਢ ਦਵਾਂਗੇ ਸਾਰਿਆਂ ਦੇ ਅੰਦਰੋਂ ਬੁਰਾਈ ਨਿਕਲ ਜਾਵੇਗੀ ਆਪੇ ਸਾਰੇ ਸੁਖੀ ਹੋ ਜਾਵਾਂਗੇ ਦੁੱਖ ਰਹਿ ਹੀ ਨਹੀਂ ਜਾਵੇਗਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਾਬਾ ਅਤਰ ਸਿੰਘ ਜੀ ਲੋਗੜ ਸ੍ਰੀ ਮੁਕਤਸਰ ਸਾਹਿਬ ਦਰਸ਼ਨ ਕਰਨ ਗਏ ਨੇ ਗੁਰਦੁਆਰੇ ਦਰਬਾਰ ਸਾਹਿਬ ਜਾਣ ਲੱਗੇ ਤੇ ਦਰਬਾਨ ਨੇ ਰੋਕ ਦਿੱਤਾ ਬਰਸ਼ਾ ਅੱਗੇ ਕਰ ਦਿੱਤਾ ਤੂੰ ਬਾਗੀ ਹੈ ਤੂੰ ਹਕੂਕਾ ਹੈ ਤੁਸੀਂ ਮਨਮਤੀ ਹੋ ਤੂੰ ਅੰਦਰ ਨਹੀਂ ਜਾ ਸਕਦਾ ਉਸ ਵਕਤ ਸੰਤਾਂ ਨੇ ਆਖਿਆ ਇਹ ਘਰ ਤੇ ਐਸਾ ਹੈ ਸੱਬੇ ਸਾਂਜੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ ਇਹ ਤੇ ਸਾਰਿਆਂ ਦਾ ਸਾਂਝਾ ਘਰ ਹੈ ਮੈਂ ਕੁਛ ਚੋੱਕੇ ਨਹੀਂ ਲੈ ਜਾਣਾ ਮੈਂ ਤੇ ਕੇਵਲ ਮੱਥਾ ਟੇਕਣ ਆਇਆ ਮੈਨੂੰ ਜਾ ਲੈਣ ਦੇ ਉਸ ਨਿਹੰਗੀ ਬਾਣੇ ਵਿੱਚ ਖਲੋਤੇ ਹੋਏ ਦਰਬਾਰ ਨੇ ਨਾ ਆ ਵੇਖਿਆ ਨਾ ਤਾਂ ਤੇ ਆਪਣਾ ਸਲੋਤਰ ਕੱਢ ਕੇ ਤੇ ਸਿੱਖ ਦੇ ਸਿਰ 'ਚ ਮਾਰਿਆ ਸਿਰ ਜਿਹੜਾ ਸੀ ਉਹ ਦੋ ਫਾੜ ਕਰ ਦਿੱਤਾ ਬੜੇ ਮੁਸ਼ਕਲ ਆਪਣੇ ਆਪ ਨੂੰ ਸੰਭਾਲ ਕੇ ਸੰਤਤਰ ਸਿੰਘ ਜੀ ਡੇਰੇ ਆਏ ਨਾਮਤਾਰੀ ਡੇਰੇ ਸਿਰ ਜਿਹੜਾ ਸੀ ਉਹ ਸੇਵਾਦਾਰਾਂ ਨੇ ਬੰਨਿਆ ਉਸ ਨੂੰ ਉਪਚਾਰ ਕੀਤਾ ਸਮਾਪਾ ਕੇ ਉਹ ਥੋੜੇ ਰਾਜੀ ਹੋ ਗਏ ਕਾਰਨ ਐਸਾ ਬਣਿਆ ਕੁਦਰਤ ਦਾ ਉਸ ਇਲਾਕੇ ਦੇ ਵਿੱਚ ਪਲੇਗ ਦੀ ਬਿਮਾਰੀ ਪੈ ਗਈ ਪਲੇਗ ਤੋਂ ਭਾਵੇਂ ਪੁਰਾਣਿਆਂ ਸਮਿਆਂ ਦੇ ਵਿੱਚ ਮਹਾਮਾਰੀ ਤੋਂ ਵੀ ਲਿਆ ਜਾਂਦਾ ਸੀ ਵੈਸੇ ਪਲੇਗ ਤੋਂ ਭਾਵੇਂ ਬਹੁਤ ਜ਼ਿਆਦਾ ਬੁਖਾਰ ਚੜ ਜਾਣਾ ਇੱਕ ਵਾਇਰਸ ਵਾਂਗੂ ਹੁੰਦਾ ਸੀ ਜਿਹੜਾ ਸਰੀਰ ਦੀਆਂ ਕੱਲੀ-ਕੱਲੀ ਨਾਸ ਨੂੰ ਸੁੱਕ ਸੁੱਕੜ ਜਾਂਦੀਆਂ ਸਨ ਨਸਾਂ ਉੰਜ ਇਹ ਵੀ ਵਿਸ਼ੇ ਦੀ ਵਿਸ਼ੇਕਾਰਾਂ ਨੇ ਦੇ ਉੱਤੇ ਖੋਜ ਕੀਤੀ ਹੈ ਕਿ ਚਾਈਨਾ ਵਿੱਚੋਂ ਹੀ 14ਵੀਂ ਸ਼ਤਾਬਦੀ ਵਿੱਚ ਇਹ ਵਾਇਰਸ ਆਇਆ ਸੀ ਉਹ ਪਲੇਗ ਦੀ ਬਿਮਾਰੀ ਪੈ ਗਈ ਔਰ ਕਾਰਨ ਐਸਾ ਬਣਿਆ ਉਹੀ ਬਿਮਾਰੀ ਉਸ ਨਿਹੰਗ ਸਿੱਖ ਨੂੰ ਹੋ ਗਈ ਜਿਸ ਨੇ ਸਲੋਤਰ ਮਾਰ ਕੇ ਸਿਰ ਪਾੜਿਆ ਸੀ ਭਾਈ ਅਤਰ ਸਿੰਘ ਦਾ ਸਮਾਜ ਨੇ ਗੁਰਦੁਆਰੇ ਵਾਲਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਤੇ ਬਾਹਰ ਓਜਾਰ ਵਿੱਚ ਉਸ ਦਾ ਮੰਝਾ ਢਾਹ ਦਿੱਤਾ। ਮੂਹ ਨੇਰੇ ਭਾਈ ਅਤਰ ਸਿੰਘ ਜੰਗਲ ਮੈਦਾਨ ਜਾ ਰਹੇ ਨੇ ਆਵਾਜ਼ ਕੰਨਾਂ ਵਿੱਚ ਪਈ ਹੈ ਹਾਏ ਪਾਣੀ ਹਾਏ ਕੋਈ ਪਾਣੀ ਪਿਆ ਦਿਓ। ਅੱਗੇ ਹੋ ਕੇ ਵੇਖਿਆ ਉਹ ਨਿਆਂਗ ਸਿੰਘ ਡਿੱਗਾ ਹੋਇਆ ਜਿੰਨੇ ਸਲੋਤਰ ਮਾਰਿਆ ਸੀ। ਸੋਚਿਆ ਅਤਰ ਸਿੰਘ ਮਰਦਾ ਮਰ ਲੈਂਦੇ ਤੂੰ ਕੀ ਲੈਣਾ ਇਹਨ ਕਿਹੜੀ ਚੰਗੀ ਕੀਤੀ ਸੀ। ਪਰ ਰੋਮ ਰੋਮ ਅੰਦਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਸੇ ਹੋਏ ਨੇ। ਯਾਦ ਆਗੇ ਸ਼ਬਦ ਰਹਿਤ ਨਾਮੇ ਦੇ ਭਾਈ ਜੋ ਕੋਈ ਮਾਰੇ ਕੁਛ ਤਾਂ ਭੀਖਿਮਾ ਕਰਨੀ ਤੁਸਾਂ ਦਾ ਰੱਖਕ ਗੁਰੂ ਹੈ ਹਰ ਵਕਤ ਤੁਸੀਂ ਬਹੁਤ ਆਪਣੀ ਭਲਾਈ ਛਪਾਉਣ ਦੀ ਕਰਨੀ ਸੇਵਾ ਹਰ ਭੇਖ ਦੀ ਕਰਨੀ ਨਿੰਦਾ ਕਰਨ ਵਾਲੇ ਕੀ ਵੀ ਕਰਨੀ ਸੇਵਾ ਕਰਨ ਵਾਲੇ ਨੂੰ ਸੇਵਾ ਦਾ ਫਲ ਨਿੰਦਾ ਕਰਨ ਵਾਲੇ ਨੂੰ ਨਿੰਦਾ ਦਾ ਫਲ ਉਸ ਨੂੰ ਆਪਣੀ ਪਿੱਠ ਤੇ ਚੁੱਕ ਕੇ ਘਰੇ ਲੈ ਕੇ ਆਏ ਲਿਆ ਕੇ ਉਸ ਦਾ ਉਪਚਾਰ ਕੀਤਾ ਉਹ ਰਾਜ਼ੀ ਹੋਇਆ ਜਦੋਂ ਰਾਜ਼ੀ ਹੋ ਕੇ ਅੱਖਾਂ ਖੋਲੀਆਂ ਵੇਖਿਆ ਤੇ ਇਹ ਉਹੀ ਸੇਖ ਹੈ ਜਿੱਦ ਨੂੰ ਮੈਂ ਸਲੋਤਰ ਮਾਰਿਆ ਸੀ ਸਿਰ ਤੋਂ ਲੈ ਕੇ ਪੈਰਾ ਤੱਕ ਕੰਬ ਗਿਆ ਆਖਿਆ ਖਿਮਾ ਮੰਗੀ ਚਰਨਾ ਤੇ ਡਿੱਗ ਪਿਆ ਮੈਨੂੰ ਮਾਰੀ ਨਾ ਭਾਈ ਅਤਰ ਸਿੰਘ ਆਖਣ ਲੱਗੇ ਜੇ ਮਾਰਨਾ ਹੁੰਦਾ ਤੇ ਮੈਂ ਘਰੇ ਨਾ ਲੈ ਕੇ ਆਉਂਦਾ ਤੇਰੀ ਸੇਵਾ ਨਾ ਕਰਨਾ ਤੈਨੂੰ ਮਾਰਨਾ ਨਹੀਂ ਉਸ ਨੇ ਆਖਿਆ ਤੂੰ ਫਰਿਸ਼ਤਾ ਹੈ ਭਾਈ ਜੀ ਆਖਿਆ ਮੈਂ ਫਰਿਸ਼ਤਾ ਨਹੀਂ ਆ ਮੈਂ ਗੁਰੂ ਦਾ ਸੇਖ ਆ ਮੇਰੇ ਗੁਰੂ ਦਾ ਹੁਕਮ ਮੰਨਿਆ ਮੈਂ ਫਰੀਦਾ ਬੁਰੇ ਕਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਮੈਂ ਗੁਰੂ ਕਾ ਹੁਕਮ ਮੰਨਿਆ ਮੈਂ ਕੋਈ ਫਰਿਸ਼ਤਾ ਨਹੀਂ ਹਾਂ ਖਿਆਲ ਰੱਖਿਓ ਉਹ ਨਿਹੰਗ ਸਿੱਖ ਭਾਈ ਅਤਰ ਸਿੰਘ ਦੇ ਚਰਨਾ ਤੇ ਡਿਗ ਪਿਆ ਤੇ ਅੱਖ ਲੱਗਾ ਬਾਬਾ ਜਿਹੋ ਜਿਹਾ ਤੂੰ ਹੈ ਇਹੋ ਜਿਹਾ ਮੈਨੂੰ ਬਣਾ ਲਿਆ ਆਪਣੇ ਗੁਰੂ ਦਾ ਸਿੱਖ ਮੈਨੂੰ ਬਣਾ ਲਿਆ ਮੈਂ ਵੀ ਤੇਰੇ ਵਰਗਾ ਬੰਨਣਾ ਚਾਹੁੰਦਾ ਹਾਂ ਇਹ ਹੈ ਕੂਕਾ ਕਿਰਦਾਰ ਦੀਆਂ ਬੁਲੰਦੀਆਂ ਜਿਸ ਮਨੁੱਖ ਦੇ ਆਪਣੇ ਅੰਦਰ ਬੁਰਾਈ ਹੈ ਜੇਬਾਂ ਬੁਰਾਈ ਨਾਲ ਭਰੀਆਂ ਨੇ ਦੁੱਖ ਨਾਲ ਭਰੀਆਂ ਨੇ ਹਿਰਦਾ ਦੁੱਖ ਨਾਲ ਭਰਿਆ ਉਹ ਤੁਹਾਨੂੰ ਦੁੱਖ ਹੀ ਦੇ ਸਕਦਾ ਹੈ ਪਰ ਸੰਤ ਨਾਮ ਹੈ ਸੁਖ ਦਾ ਸੰਤ ਨਾਮ ਹੈ ਆਨੰਦ ਦਾ ਸੰਤ ਦੀਆਂ ਜੇਬਾਂ ਸੰਤ ਦਾ ਹਿਰਦਾ ਸੰਤ ਦਾ ਰੋਮ-ਰੋਮ ਆਨੰਦ ਨਾਲ ਭਰਿਆ ਸੁਖ ਨਾਲ ਭਰਿਆ ਇਸ ਕਰਕੇ ਜਦੋਂ ਕੋਈ ਸੰਤ ਦੇ پاس ਜਾਂਦਾ ਤੇ ਸੰਤ ਉਸ ਨੂੰ ਸੁਖ ਹੀ ਵੰਡਦੇ ਨੇ ਉਹਨਾਂ ਦਾ ਵਰਤਾਰਾ ਸੁਖ ਦਾ ਹੈ ਕਿਉਂਕਿ ਦੁੱਖ ਉਹਨਾਂ ਕੋਲ ਹੈ ਹੀ ਨਹੀਂ ਸੰਤ ਕਿਸ਼ਨ ਸਿੰਘ ਜੀ ਛੂਤੀਏ ਘਰੇ ਬੈਠੇ ਨੇ ਰਾਤ ਦੀ ਕੋਪ ਹਨੇਰ ਹੈ ਕਿਸੇ ਬਦਮਾਸ਼ ਚੋਰ ਨੇ ਆ ਕੇ ਗਲੇ ਤੋਂ ਫੜ ਲਿਆ ਹੱਥ ਵਿੱਚ ਗੰਡਾਸਾ ਫੜਿਆ ਬੜਿਆਂ ਉੱਬੜਵਾਈ ਕਹਿੰਦਾ ਮੈਨੂੰ ਕੋਈ ਪਦਾਰਥ ਦੇ ਖਾਣ ਵਾਸਤੇ ਚਾਰ ਦਿਨਾਂ ਦਾ ਭੁੱਖਾ ਵਾ ਬਾਬਾ ਜੀ ਆਖਣ ਲੱਗੇ ਸਾਹ ਲੈ ਤੂੰ ਭੁੱਖਾ ਏ ਮੇਰੀ ਤੌਣ ਛੱਡ ਮੈਂ ਤੈਨੂੰ ਪਦਾਰਥ ਦਿੰਨਾ ਵਾ ਆਪਣੇ ਸੇਵਕ ਨੂੰ ਆਵਾਜ਼ ਮਾਰੀ ਲਿਆ ਕੇ ਪ੍ਰਸ਼ਾਦਾ ਛਕਾਇਆ ਉਹ ਸ਼ੱਕਦਿਆਂ ਹੋਇਆਂ ਦੱਸਦਾ ਪਈ ਮੈਨੂੰ ਮੈਂ ਆ ਆ ਗਲਤ ਕੰਮ ਕਰਦਾ ਰਿਆ ਵਾ ਮੈਂ ਆ ਆ ਚੋਰੀਆਂ ਕੀਤੀਆਂ ਮੈਂ ਫਲਾਣੀ ਥਾ ਡਾਕੇ ਮਾਰੇ ਮੈਂ ਫਲਾਣੇ ਬੰਦੇ ਨੂੰ ਮਾਰੇ ਆ ਮੈਂ ਇੰਨਾ ਚਿਰ ਜੇਲ੍ਹ ਚ ਰਹਿ ਕੇ ਆਇਆ ਸੰਤ ਕਿਸ਼ਨ ਸਿੰਘ ਆਖਣ ਲੱਗੇ ਆਗੇ ਸਮਝ ਚਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਹੁਣ ਸੁਧਾਰ ਕਰ ਲੈ ਆਖਣ ਲੱਗਾ ਠੀਕ ਐ ਤਿੰਨ ਚਾਰ ਦਿਨ ਰਿਆ ਸੰਤਾਂ ਕੋਲ ਸੀ ਚਾਂਦੀ ਦਾ ਗੜਵਾ ਪਰ ਵਾਰਸ਼ਾ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਉਹਨ ਆਖਿਆ ਮੈਂ ਕੀ ਲੈਣਾ ਐ ਦੀ ਸੰਤਗੀਰੀ ਤੋਂ ਉਹਨ ਗੜਵਾ ਚੁਰਾ ਕੇ ਤੇ ਨਿਕਲ ਤੁਰਿਆ ਅੱਗੋਂ ਪੁਲਸ ਵਾਲਿਆਂ ਫੜ ਲਿਆ ਮਸ਼ਹੂਰ ਗੱਲ ਸੀ ਵੀ ਕੂਕਿਆਂ ਕੋਲ ਗੜਵੇ ਹੁੰਦੇ ਨੇ ਤੇ ਚਾਂਦੀ ਦਾ ਗੜਵਾ ਹੋਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਸੀ ਉਹਨਾਂ ਸੰਤਾ ਨੂੰ ਸੱਦ ਲਿਆ ਵੀ ਸੰਤ ਜੀ ਤੁਹਾਡਾ ਗੜਵਾ ਬਰਾਮਦ ਹੋਇਆ ਹੁਣ ਧਿਆਨ ਰੱਖਣਾ ਉਹ ਚੋਰ ਚੋਰੀ ਕਰਕੇ ਨਿਕਲੇ ਐ ਪਤਾ ਸੰਤਾ ਨੂੰ ਪਰ ਸੰਤਾਾਂ ਦੀ ਅਵਸਥਾ ਵੇਖੋ ਆਖਣ ਲੱਗੇ ਵੇ ਕੀ ਕੀਤਾ ਤੁਸੀਂ ਇਹ ਤੇ ਮੇਰਾ ਬੜਾ ਪਿਆਰਾ ਖਾਸ ਸੱਜਣ ਐ ਮੇਰੇ ਘਰੇ ਆਇਆ ਸੀ ਜਾਨ ਲੱਗਾ ਮੈਂ ਸੋਚਿਆ ਪੀ ਸੱਜਣ ਨੂੰ ਖਾਲੀ ਹੱਥ ਨਾਲ ਤੋੜੀਏ ਕੋਲ ਕੁਝ ਹੈ ਨਹੀਂ ਸੀ ਮੈਂ ਗੜਵਾ ਦੇ ਦਿੱਤਾ ਉਹ ਆਖਣ ਲੱਗੇ ਸੰਤ ਜੀ ਇਹ ਚੋਰ ਐ ਤੁਸੀਂ ਨਹੀਂ ਜਾਣਦੇ ਇਹਨੂੰ ਸੰਤ ਆਖਣ ਲੱਗੇ ਚੋਰ ਹੋਵੇਗਾ ਤੁਹਾਡੇ ਵਾਸਤੇ ਹੋਵੇਗਾ ਸਭ ਕੋ ਮੀਤ ਹਮ ਆਪਣੀ ਕੀਨਾ ਹਮ ਸਭਨਾ ਕੇ ਸਾਜਣ ਬਿਸਰ ਗਈ ਸਬ ਤਾਤ ਪਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਾਹੇ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਮੇਰੇ ਸਾਰੇ ਮਿੱਤਰ ਨੇ ਇਥੋਂ ਤੱਕ ਆਖ ਦਿੱਤਾ ਪੀ ਇਹ ਤੇ ਮੇਰੇ ਪੁੱਤਰਾ ਵਰਗਾ ਹੈ ਗਵਾਹੀ ਦੇ ਕੇ ਉਹਨੂੰ ਛਡਾ ਲਿਆ ਉਹ ਸਿਰ ਨਾ ਚੁੱਕੇ ਸੰਤਾ ਆਖਿਆ ਉੱਠ ਘਰ ਚਲੀਏ ਉਹ ਆਖਣ ਲੱਗਾ ਸੰਤ ਜੀ ਹੁਣ ਮੈਂ ਜਾਣ ਜੋਗਾ ਰਹਾ ਨਹੀਂ ਮੈਨੂੰ ਇਹ ਦੱਸੋ ਮੈਂ ਤੁਹਾਡੇ ਨਾਲ ਕੀਤਾ ਕੀ ਤੇ ਤੁਸੀਂ ਮੇਰੇ ਨਾਲ ਕੀ ਕੀਤਾ ਸੰਤ ਆਖਣ ਲੱਗੇ ਭਲਿਆ ਜਿਹੜਾ ਤੇਰਾ ਕੰਮ ਸੀ ਉਹ ਤੂੰ ਕੀਤਾ ਜਿਹੜਾ ਮੇਰਾ ਸੀ ਉਹ ਮੈਂ ਕੀਤਾ ਕਬੀਰ ਸੰਤਨਾ ਛੱਡਐ ਸੰਤਈ ਜੋ ਕੋਟਕ ਮਿਲੈ ਅਸੰਤ ਮਲਿਆ ਅਗਰ ਕੋਈ ਅੰਗਮ ਬੇਢਿਆ ਤੋ ਸੀਤਲਤਾ ਨਾ ਤਜੰਤ ਆਖਣ ਲਗਾ ਜੀ ਹੁਣ ਘਰ ਜਾਣ ਜੋਗਾ ਨਹੀਂ ਰਿਹਾ ਹੁਣ ਮੈਂ ਤੁਹਾਡੇ ਨਾਲ ਹੀ ਰਵਾਂਗਾ ਤੁਹਾਡੇ ਵਰਗਾ ਬਨਣਾ ਚਾਹੁੰਨਾ ਆਪਣੇ ਵਰਗਾ ਬਣਾ ਲਓ ਸੰਤਾਂ ਦੀ ਇਸ ਉੱਚ ਕਿਰਦਾਰ ਨੇ ਉਸ ਨੂੰ ਕੂਕਾ ਸਜਾ ਲਿਆ ਯਾਦ ਰੱਖਣਾ ਕਬੀਰ ਜੀ ਇਹ ਗੱਲ ਫੁਰਮਾਨ ਕਰਦੇ ਨੇ ਕਿ ਜੇ ਬੁਰਾਈ ਵੇਖਣੀ ਹੈ ਆਪਣੇ ਅੰਦਰ ਤੁਸੀਂ ਵੇਖ ਲਓ ਦੂਸਰੇ ਵੱਲ ਨਾ ਵੇਖੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖ ਐਸੇ ਸਨ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਕਿ ਸੱਪ ਆ ਕੇ ਡੰਗ ਮਾਰਦੇ ਨੇ ਚੰਦਰ ਦੇ ਬਿਰਸ਼ ਨੂੰ ਪਰ ਚੰਦਨ ਇਸ ਗੱਲ ਦਾ ਮਲਾਲ ਨਹੀਂ ਕਰਦਾ ਉਹ ਫਿਰ ਵੀ ਸੱਪਾਂ ਨੂੰ ਠੰਡਕ ਪਚਾਉਂਦਾ ਹੈ ਸੁਭਾ ਕਾਨ ਸਿੰਘ ਜੀ ਨਿਹੰਗ ਚੱਕ ਰਿਆਸਤ ਮਲੇਰ ਕੋਟਲਾ ਅਦਨ ਦੀ ਜੇਲ੍ਹ ਵਿੱਚ ਕੈਦ ਨੇ ਜੰਗਲਾਤ ਮਹਿਕਮੇ ਦਾ ਸਰਕਾਰੀ ਅਫਸਰ ਹੈ ਅੰਗਰੇਜ਼ ਉਸ ਦੇ ਅੱਗ ਲੱਗ ਗਈ ਬੰਗਲੇ ਨੂੰ ਬੰਗਲੇ ਨੂੰ ਅੱਗ ਲੱਗ ਗਈ ਹਾਹਾਕਾਰ ਮਚ ਗਈ ਮੇਮ ਨਿਕਲ ਕੇ ਬਾਹਰ ਆ ਗਈ ਦੋ ਛੋਟੇ ਬੱਚੇ ਸਨ ਅੰਦਰ ਰਹਿ ਗਏ ਉਹ ਚੀਕਾਂ ਮਾਰੇ ਦੋ ਹੱਥੜੇ ਪਿੱਟੇ ਵਾਲ ਖੋਵੇ ਵੇ ਕੋਈ ਮੇਰੇ ਬੱਚਿਆਂ ਨੂੰ ਬਚਾਓ ਸੈਂਕੜੇ ਮੁਲਾਜ਼ਮ ਉੱਥੇ ਹੋਣਗੇ ਜੇਲ੍ਹ ਵੀ ਹੈ ਅਫਸਰ ਦਾ ਕਿਲਾ ਵੀ ਹੈ ਬੰਗਲਾ ਵੀ ਹੈ ਪਰ ਕੋਈ ਅੱਗੇ ਨਹੀਂ ਹੁੰਦਾ ਵੀ ਕਿਹੜਾ ਜਾ ਕੇ ਛੁਡਾਵੇ ਬਾਬਾ ਕਾਨ ਸਿੰਘ ਜੀ ਉਹ ਨੇ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਫੜ ਕੇ ਲੈ ਕੇ ਗਏ ਨੇ ਜੇਲ੍ਹ ਵਿੱਚ ਕੈਦ ਕੀਤਾ ਹੋਇਆ ਤਸੀਹੇ ਦਿੰਦੇ ਨੇ ਭਏ ਪਰ ਬਾਬਾ ਜੀ ਨੇ ਪਰ ਕਾ ਬੁਰਾ ਨਾ ਰੱਖੋ ਚੀਤ ਉਸੇ ਵਕਤ ਕੰਬਲ ਲੈ ਕੇ ਝੀਲ ਸੀ ਨੇੜੇ ਝੀਲ ਵਿੱਚ ਜਾ ਕੇ ਸ਼ਾਲ ਮਾਰੀ ਸਾਰੇ ਕੱਪੜਿਆ ਸਣੇ ਗਿੱਲੇ ਹੋ ਕੇ ਭੱਜ ਕੇ ਅੰਦਰ ਜਾ ਕੇ ਉਹ ਬੱਚਿਆਂ ਨੂੰ ਆਪਣੀ ਬੁੱਕਲ ਵਿੱਚ ਲਿਆ ਲੈ ਕੇ ਬਾਹਰ ਲਿਆਇਆ ਲਿਆਏ ਲਿਆ ਕੇ ਉਸ ਮਾ ਦੀ ਮੇਮ ਦੀ ਗੋਦ ਵਿੱਚ ਪਾ ਦਿੱਤੇ ਜਦੋਂ ਸ਼ਾਮ ਨੂੰ ਅੰਗਰੇਜ਼ ਆਇਆ ਉਸ ਦੀ ਮੇਮ ਨੇ ਆਖਿਆ ਜੇ ਅੱਜ ਇਹ ਕੂਕਾ ਨਾ ਹੁੰਦਾ ਜਿਨ੍ਹਾਂ ਨੂੰ ਤੁਸੀਂ ਬਾਗੀ ਕਹਿੰਦੇ ਹੋ ਆਪਣੇ ਦੁਸ਼ਮਣ ਕਹਿੰਦੇ ਹੋ ਤੇਰੀ ਅੰਸ਼ ਬੰਸ ਨੂੰ ਅੱਜ ਇਹਦੇ ਕਰਕੇ ਬਚਾ ਹੋ ਗਿਆ ਨਹੀਂ ਤੇ ਤੇਰਾ ਇਸ ਸੰਸਾਰ ਤੋਂ ਨਾਮ ਮਿਟ ਜਾਣਾ ਸੀ ਉਹ ਜਾ ਕੇ ਸੰਤਾਂ ਦੇ ਚਰਨਾਂ ਤੇ ਡਿੱਗ ਪਏ ਆਖਣ ਲੱਗਾ ਸੰਤ ਜੀ ਮੈਂ ਮੇਰੇ ਕੋ ਬੜੀ ਵੱਡੀ ਭੁੱਲ ਹੋਈ ਐ ਮੈਂ ਤੁਹਾਨੂੰ ਹੁਣ ਤੱਕ ਵਿਦਰੋਹੀ ਸਮਝਦਾ ਰਿਆਂ ਬਾਕੀ ਸਮਝਦਾ ਰਿਆਂ ਵਾ ਪਰ ਜੇ ਤੁਸੀਂ ਅੱਜ ਨਾ ਹੁੰਦੇ ਤੇ ਇਸ ਸੰਸਾਰ ਤੋਂ ਮੇਰਾ ਨਾਮ ਮਿਟ ਜਾਣਾ ਸੀ ਮੇਰਾ ਸੰਸਾਰ ਬਸਾਉਣ ਵਾਲੇ ਤੁਸੀਂ ਹੋ ਐਸੀ ਕੂਕਾ ਕਿਰਦਾਰ ਦੀਆਂ ਬੁਲੰਦੀਆਂ ਕੌਣ ਤੁਹਾਡੇ ਨਾਲ ਕੀ ਕਰ ਰਿਹਾ ਇਸ ਗੱਲ ਨਾਲ ਨਹੀਂ ਪਰ ਪਰका ਬੁਰਾ ਨਾ ਰੱਖੋ ਚੀਤ ਆਖਰੀ ਇੱਕ ਗੱਲ ਕਰਕੇ ਮੈਂ ਸਮਾਪਤੀ ਕਰ ਦੇਣਾ ਅੱਜ ਕੱਲ ਬੜੇ ਖੁਰਾਫਾਤੀ ਦਿਮਾਗ ਵਾਲੇ ਇਸ ਸਿਧਾਂਤ ਦੇ ਖਿਲਾਫ ਇੱਕ ਗੱਲ ਕਰਦੇ ਨੇ ਸਵਾਲ ਖੜੇ ਕਰਦੇ ਨੇ ਅੱਜ ਦੇ ਨੌਜਵਾਨ ਵੀ ਅਖੇ ਜੀ ਜੇ ਪਰਕਾ ਬੁਰਾ ਮਨ ਵਿੱਚ ਨਹੀਂ ਰੱਖਣਾ ਜੇ ਨਹੀਂ ਰੱਖਣਾ ਤੇ ਜਿੰਨੇ جنگ ਔਰ ਜੁੱਧ ਹੋਏ ਜਾਂ ਜਿਹੜੇ ਸਾਡੇ ਸਾਕੇ ਹੋਏ ਨੇ ਆਪਾਂ ਬੁਚੜਾ ਨੂੰ ਮਾਰਿਆ ਜਾਂ ਕਤਲ ਕੀਤਾ ਜਾਂ ਸੋਧਿਆ ਜਾਂ ਅੰਗਰੇਜ਼ਾਂ ਦਾ ਵਿਦਰੋਹ ਇਹ ਕਿਉਂ ਹੈ ਪਰ ਕਾ ਬੁਰਾਣਾ ਰੱਖੋ ਚੀਤੇ ਕਿਉਂ ਐ ਬਹੁਤ ਧਿਆਨ ਨਾਲ ਇਹ ਸਿਧਾਂਤ ਨੂੰ ਸਮਝਿਓ ਬਰੀਕ ਐ ਮੈਂ ਇਨ ਡਿਟੇਲ ਨਹੀਂ ਇਨ ਸ਼ਾਰਟ ਅਰਜ਼ ਕਰ ਦਿੰਨਾ ਸਭ ਤੋਂ ਪਹਿਲੀ ਗੱਲ ਇਹ ਸਮਝ ਲਓ ਕਿ ਸਾਡੇ ਗੁਰੂ ਸਾਹਿਬਾਨਾ ਦਾ ਖিলাਫਤ ਜਾਂ ਵਿਦਰੋਹ ਜ਼ੁਲਮੀ ਦੇ ਨਾਲ ਜ਼ੁਲਮੀ ਦੇ ਨਾਲ ਨਹੀਂ ਐ ਜ਼ੁਲਮ ਦੇ ਖਿਲਾਫ ਐ ਪਾਪੀ ਦੇ ਨਾਲ ਸਾਡਾ ਵਿਦਰੋਹ ਨਹੀਂ ਐ ਵਿਰੋਧ ਨਹੀਂ ਐ ਵਿਰੋਧ ਪਾਪ ਦੇ ਨਾਲ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਿਆ ਸੀ ਆ ਰੰਗਜੀਬ ਮੈਂ ਚਾਹੁੰਦਾ ਨਹੀਂ ਸਾ ਤੇਰੇ ਨਾਲ ਲੜਨਾ ਪਰ ਚੁਕਾਰ ਅਜ਼ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦੰਗ ਬਾ ਸ਼ਮਸ਼ੀਰ ਦਸਤ ਮੈਂ ਚਾਹੁੰਦਾ ਨਹੀਂ ਸਾ ਲੜਨਾ ਮੈਂ ਯਤਨ ਕੀਤਾ ਤੂੰ ਮੰਨ ਜਾ ਪਰ ਤੂੰ ਨਹੀਂ ਮੰਨਿਆ ਤੂੰ ਫੌਜਾਂ ਭੇਜੀਆਂ ਇਹ ਗੱਲ ਸਮਝਣ ਵਾਲੀ ਹੈ ਸਿੱਖਾਂ ਨੇ ਕਦੇ ਵੀ ਜੰਗ ਆਪ ਨਹੀਂ ਸ਼ੁਰੂ ਕੀਤੀ ਸ਼ੁਰੂ ਕਿਸੇ ਨੇ ਕੀਤੀ ਉਹ ਚੜ ਕੇ ਆਏ ਸਿੱਖਾਂ ਨੇ ਉਸ ਜੰਗ ਨੂੰ ਖਤਮ ਕਰਨ ਦਾ ਯਤਨ ਕੀਤਾ ਬਸ਼ਰਤਿਓ ਦੇ ਵਾਸਤੇ ਲੜਨਾ ਪੈਣਾ ਸੀ ਸਿੱਖਾਂ ਦੀ ਤਲਵਾਰ ਤਲਵਾਰ ਬਣ ਕੇ ਕਿਸੇ ਦਾ ਕਤਲ ਨਹੀਂ ਕਰਦੀ ਸਿੱਖਾਂ ਦੀ ਤਲਵਾਰ ਢਾਲ ਦਾ ਕੰਮ ਕਰਦੀ ਹੈ ਡਿਫੈਂਸਿਵ ਤੌਰ ਤੇ ਹੈ ਇਹਦਾ ਨਾਮ ਦਿੱਤਾ ਸੀ ਕਿਰਪਾਨ ਕਿਰਪਾਨ ਤੋਂ ਭਾਵ ਹੈ ਕਿਰਪਾ ਪਲੱਸ ਆਣ ਕਿਰਪਾ ਦਾ ਘਰ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਿਆ ਵੀ ਮੈਂ ਚਾਹੁੰਦਾ ਨਹੀਂ ਸਾ ਪਰਲਾਚਾਰ ਹੋ ਕੇ ਤੇਰੇ ਨਾਲ ਲੜਨਾ ਪੈ ਰਿਹਾ ਹੈ ਜਾਤੀ ਤੌਰ ਦੇ ਉੱਤੇ ਸਾਡਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੈ ਪਰ ਵਿਰੋਧ ਹੈ ਜ਼ੁਲਮ ਦੇ ਖਿਲਾਫ ਸਾਡੇ ਗੁਰੂ ਸਾਹਿਬਾਨਾਂ ਨੇ ਆਖਿਆ ਜਦੋਂ ਜ਼ਾਲਮ ਜ਼ਾਲਮ ਦੇ ਪੈਰ ਮਜ਼ਲੂਮਾਂ ਨੂੰ ਲਤਾੜਦੇ ਹੋਏ ਨਾ ਹਟਣ ਅੱਗੇ ਵੱਧਦੇ ਹੋਣ ਜਦੋਂ ਜ਼ਾਲਮ ਦੇ ਹੱਥ ਗਰੀਬਾ ਗਊਰ ਗਰੀਬ ਦੇ ਗਲਾਂ ਤੇ ਪੈ ਚੁੱਕੇ ਹੋਣ ਉਸ ਵਕਤ ਬੇਦੋਸ਼ਿਆਂ ਨੂੰ ਛਡਾਉਣ ਵਾਸਤੇ ਉਹਨਾਂ ਗਊ ਗਰੀਬ ਦੀ ਰਾਖੀ ਵਾਸਤੇ ਉਸ ਜ਼ਾਲਮ ਦੇ ਹੱਥ ਤੇ ਪੈਰ ਵੱਢ ਦੇਣੇ ਬੁਰਾਈ ਦਾ ਖਾਤਮਾ ਕਰਨਾ ਹੈ ਇਹ ਚੇਤਾ ਰੱਖਣਾ ਇਸ ਕਨਸੈਪਟ ਨੂੰ ਇੱਕ ਸਾਖੀ ਇਹਦੇ ਸੰਬੰਧਿਤ ਕਹਿ ਕੇ ਸਮਾਪਤੀ ਕਰ ਦੇਣਾ ਕਿਸ ਤਰ੍ਹਾਂ ਭਾਈ ਹੀਰਾ ਸਿੰਘ ਹੋਣਾ ਨੂੰ ਵੰਗਾਰਿਆ ਬਾਬਾ ਸਮੁੰਦਖਾ ਪਠਾਨ ਨੇ ਮਲੇਰਕੋਟਲੇ ਵਾਲੀ ਘਟਨਾ ਵਿੱਚ ਜੰਗ ਹੋਇਆ ਉਸ ਜੰਗ ਦੇ ਵਿੱਚ ਭਾਈ ਹੀਰਾ ਸਿੰਘ ਦਾ ਗੁੱਟ ਵੱਢਿਆ ਗਿਆ ਗੁੱਟ ਵੱਢਿਆ ਗਿਆ ਪਰ ਸਮੁੰਦਖਾ ਮਾਰਿਆ ਗਿਆ ਹੁਣ ਇੱਕ ਪਾਸੇ ਸਮੁੰਦਖਾਨ ਆ ਕੇ ਲਲਕਾਰਿਆ ਹੈ ਇੱਕ ਪਾਸੇ ਜੰਗ ਲੜਿਆ ਭਾਈ ਹੀਰਾ ਸਿੰਘ ਨਾਲ ਭਾਈ ਹੀਰਾ ਸਿੰਘ ਦਾ ਘੁੱਟ ਵੱਢਿਆ ਗਿਆ ਪਰ ਉਸੇ ਵਕਤ ਹੀ ਉਹਦੀ ਮੌਤ ਤੋਂ ਬਾਅਦ ਭਾਈ ਹੀਰਾ ਸਿੰਘ ਉਹਨਾਂ ਨੇ ਇਹ ਐਲਾਨ ਕੀਤਾ ਭਾਈ ਜੇ ਇਸ ਸਮੁੰਦਖਾਨ ਪਠਾਨ ਦਾ ਕੋਈ ਵਾਰਿਸ ਹੈ ਤੇ ਉਹ ਆਵੇ ਉਸ ਦਾ ਪੁੱਤਰ ਸੀ ਉਸ ਦਾ ਫਰਜ਼ੰਦੋ ਆਇਆ ਪਾਈ ਹੀਰਾ ਸਿੰਘ ਉਹਣਾ ਨੇ ਉਸ ਦੀ ਤਲੀ ਦੇ ਉੱਤੇ 1 ਰੁਪਿਆ ਰੱਖਿਆ ਤੇ ਨਾਲ ਆਖਿਆ ਬੱਲੇ 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 ਸੂਰਮੇ ਦਾ ਪੁੱਤਰ ਐ ਤੂੰ ਮੈਂ ਅਰਜ਼ੇ ਕਰਾ ਕਿੱਥੇ ਜਾਤੀ ਦੁਸ਼ਮਣੀ ਐ ਦੁਸ਼ਮਣੀ ਜ਼ੁਲਮ ਦੇ ਖਿਲਾਫ ਐ ਜ਼ੁਲਮੀ ਦੇ ਖਿਲਾਫ ਨਹੀਂ ਚੇਤਾ ਰੱਖਿਓ ਪਰ ਜਦੋਂ ਕੋਈ ਜ਼ਾਲਮ ਮੰਨ ਕੇ ਆ ਜਾਂਦਾ ਤੇ ਉਸ ਵਕਤ ਉਸ ਜ਼ਾਲਮ ਨੂੰ ਸੁਧਨਾ ਇਹ ਵੀ ਸਾਡਾ ਇੱਕ ਸਿਧਾਂਤ ਐ ਮੈਂ ਅੱਗੇ ਨਾ ਜਾਂਦਾ ਹੋਇਆ ਇੱਥੇ ਖਤਮ ਕਰਦਾ ਹਾਂ ਸੱਚੇ ਪਾਤਸ਼ਾਹ ਸਾਨੂੰ ਇਹ ਉਪਦੇਸ਼ ਕੀਤਾ ਭਾਈ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਅੰਦਰੋਂ ਪਰਕਾਰਾ ਬੁਰਾ ਨਾ ਰੱਖੋ ਚੀਤ ਇਹ ਅਵਸਥਾ ਬਣ ਜਾਵੇ ਸਾਡੇ ਅੰਦਰੋਂ ਬੁਰਾਈ ਨਿਕਲ ਜਾਵੇ ਤਾਂ ਕਿ ਭਰਾ ਭਰਾ ਦੀ ਸੁਲ੍ਹਾ ਹੋ ਸਕੇ ਗਵਾਂਢੀ ਗਵਾਂਢੀ ਪ੍ਰੇਮ ਨਾਲ ਰਹਿ ਸਕਣ ਸਾਰੇ ਸੰਸਾਰ ਤੇ ਸ਼ਾਂਤੀ ਹੋ ਸਕੇ ਧੰਨਵਾਦ ਸਤਿ ਸ੍ਰੀ ਅਕਾਲ